ਭਾਵੇਂ ਕਿ ਅੱਜ ਦਿਨ ਸ਼ਾਤਿਰ ਚੋਰ ਲੁਟੇਰੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ, ਪਰ ਪੰਜਾਬ ਪੁਲਿਸ ਵੀ ਸਮਾਜ ਵਿਰੋਧੀ ਅੰਸਰਾਂ ਨੂੰ ਕਾਬੂ ਕਰਨ 'ਚ ਕਾਮਯਾਬ ਹੋ ਜਾਂਦੀ ਹੈ। ਇਸ ਦੀ ਤਾਜ਼ਾ ਮਿਸਾਲ ਸਾਹਮਣੇ ਆਈ ਹੈ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ 'ਚ, ਜਿੱਥੇ ਕੁਝ ਅਣਪਛਾਤੇ ਵਿਅਕਤੀਆਂ ਨੇ ਇੱਕ ਅਨਾਜ ਰੱਖਣ ਵਾਲੇ ਗੋਦਾਮ ਦੀ ਕੰਧ ਟੱਪ ਕੇ ਚੋਲਾਂ ਦੇ ਕਰੀਬ 128 ਦੇ ਕਰੀਬ ਗੱਟੇ ਚੋਰੀ ਕਰ ਲਏ ਸਨ, ਜਿਸ ਦੀ ਕੀਮਤ 4.5 ਲੱਖ ਰੁਪਏ ਬਣਦੀ ਸੀ। ਪਰ ਜ਼ਿਲ੍ਹੇ ਦੀ CIA ਪੁਲਿਸ ਨੇ ਮੁਸਤੈਦੀ ਵਰਤਿਆਂ ਇਹਨਾਂ 7 ਦੇ ਕਰੀਬ ਚੋਰਾਂ ਨੂੰ ਕਾਬੂ ਕਰ ਲਿਆ ਅਤੇ 38 ਗੱਟਿਆਂ ਸਮੇਤ 2 ਭਾਰ ਢੋਣ ਵਾਲੇ ਵਾਹਨ ਵੀ ਬਰਾਮਦ ਕਰ ਲਏ ਹਨ। ਇਹ ਜਾਣਕਾਰੀ DSP ਫਰੀਦਕੋਟ ਯਾਦਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦਿੱਤੀ ਅਤੇ ਕਿਹਾ ਕਿ ਇਹਨਾਂ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾਵੇਗੀ ਤਾਂ ਕਿ ਹੋਰ ਵੀ ਵਾਰਦਾਤਾਂ ਸਾਹਮਣੇ ਆ ਸਕਦੀਆਂ ਹਨ। ਜੇ ਤਿਥੀ 16 ਜਨਵਰੀ ਔਰ 17 ਜਨਵਰੀ ਕੀ ਰਾਤ ਕੋ ਕੋਟਪੂਰਾ ਕੇ ਸ਼ੈਲਰ ਮੇ ਸੇ ਕੁਛ ਵਿਅਕਤੀਓਂ ਨੇ 128 ਗੱਟੇ ਚਾਵਲ ਚੋਰੀ ਕੀਏ ਥੇ, ਜਿਨਕੀ ਕੀਮਤ ਤਕਰੀਬਨ 4,48,000 ਰੁਪਏ ਬਣਤੀ ਹੈ, ਜਿਸ ਦੇ ਸੰਬੰਧ ਵਿੱਚ CIA ਸਟਾਫ ਵੱਲੋਂ ਇਸ ਕੇਸ ਕੋ ਟਰੇਸ ਕੀਆ ਗਿਆ ਹੈ ਔਰ ਇਸ ਮੁਕਦਮੇ ਕੇ 7 ਦੋਸ਼ੀ ਜੋ ਜੀਰਾ ਔਰ ਉਨਕੇ ਨਜ਼ਦੀਕ ਵਾਲੇ ਗਾਵੋਂ ਕੇ ਰਹਿਣੇ ਵਾਲੇ ਹੈ ਕੋ ਗ੍ਰਿਫਤਾਰ ਕੀਆ ਗਿਆ ਹੈ ਔਰ 38 ਗੱਟੇ ਚਾਵਲ ਔਰ ਦੋ ਗਾੜੀ, ਇੱਕ ਮਹਿੰਦਰਾ ਪਿਕਅਪ ਔਰ ਇੱਕ ਛੋਟਾ ਹਾਥੀ ਜੋ ਜਿਸਕੇ ਉੱਪਰ ਜੇ ਮਾਲ ਕੋ ਲੇ ਕਰ ਗਏ ਥੇ ਸੇ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਗਿਆ ਹੈ। ਤੋ ਸਰ ਕਿੰਨੇ ਦੋਸ਼ੀ ਪਕੜੇ ਗਏ ਔਰ ਕਿੰਨੇ ਰਹਿ ਗਏ? ਇਸਮੇ 7 ਦੋਸ਼ੀ ਅਰੈਸਟ ਕਰ ਲਏ ਗਏ ਹੈ ਔਰ 2 ਦੋਸ਼ੀ ਅਭੀ ਅਰੈਸਟ ਕਰਨੇ ਬਾਕੀ। ਜਾਗਰਤੀ ਲੈਣ ਲਈ ਫਰੀਦਕੋਟ ਤੋਂ ਗੁਰਜੀਤ ਰੋਮਾਣਾ ਦੀ ਰਿਪੋਰਟ।